भाई कैसे हैं आप? वालेकुम अस्सलाम, आप सुनाए सर कैसे हैं? जी मैं ठीक ठाक। सबसे पहले तो हम आपसे पूछेंगे, आप पंजाबी में बोलना पसंद करेंगे या उर्दू? पंजाबी से। चलो जी, आज आप यश भाई के नाल पंजाबी से गल करांगे, उन्होंने इंटरव्यू करांगे। तो आज दोस्तों मेरे वीरो वेखो, अज जिहड़ा सी डॉग तुहानू पहला विखाण लगे अपने चैनल पर, और डॉग भी साढ़े घर का ही है, यह बंदा भी साढ़े घर का ही है। ये को असं पूछांगे कि डॉग के बारे सारी इनफॉरमेशन लाँगे, जिहड़ी इन्हां कोल है तो जिहड़ी नहीं है, सारा कुछ सच होएगा, तो सच तो सवाल कुछ नहीं होएगा। ठीक है यश भाई, दसो जी कुत्ते का नाँ की है? कुत्ती का नाँ है जी बॉक्सर। बॉक्सर ना तो बड़ा अच्छा रखा है जी, बॉक्सर ना केड़ी वजह तो रखा है? बस वैसे मैं पसंद सी बॉक्सर ना, तो बस मैं बचपन से लिया तो मैं बड़ा अच्छा लगा, मैं पहला ना ही मेरे जहन च बॉक्सर आया तो मैं वो रख दिया। गुड हो गया। तो अच्छा जी, कुत्ती की एज कि है जी? जी दूसरे साल च लगी। दूसरे साल से देने बच्चे शच्चे दिते ने कि नहीं? अजे तक नहीं, अजे तक तो नहीं दिते, तो इस बार कराई, अल्लाह खैर करे देगी इस बार। चलो अल्लाह खैर करे। अच्छा तो बाकी तुम मुझे दसो कि शौक जो है शौक तुम कितों का है? तकरीबन मैं 3 साल हो गए शौक होया वा कुत्तियां का। उस तो पहला है सी, पर फिल्टर वगैरह रखते हैं सस ने, तो गोलियां का 3-4 साल तो बहुत ज़्यादा शौक हो गया। ठीक हो गया। तो इस तो पहला मेल भी रखा सी या कोई दूजा ही रखी पहली? नहीं नहीं, मेल ये रखा सी छीवें रंग का, वो मंगाया सी मियाँ चलो जो 31 इंच हाइट सी, तो बस वो थोड़ा बीमार हो गया पहले महीने से, तो उस डेथ हो गई। ठीक हो गई। वो तस्वीर वगैरह है अपने को? तस्वीर बड़ी हैं जिन्हें काको। चलो आप फिर उस कुत्ते की तस्वीर भी तुम्हें विखा देंगे जेड़ा इन्हों को मेल। तो होर इन्हों को पूछने क्या कुत्ती जी कुत्ती लिया कि ਐ ਕੁੱਤੀ ਵੀ ਮੀਆਂ ਚੰਨ ਚੋਂ ਮਗਾਈ ਸੀ 33 ਚੱਕ ਚੋਂ ਰੇਡੀ ਲਿਆਦੀ ਨਹੀਂ ਨਹੀਂ ਬੱਚੀ ਵਾਲੀ ਅੱਛਾ ਅੱਛਾ ਤੇ ਕੁੱਤੀ ਤੁਸੀਂ ਮੈਨੂੰ ਦੱਸੋ ਕਿ ਇਹਦੀ ਖੁਰਾਕ ਕੀ ਇਹਦੀ ਖੁਰਾਕ ਸਵੇਰ ਜਾਂ ਦੇ ਕਲੇ ਜੀ ਪਹਿਲਾਂ ਇਹਨੂੰ 1/2 ਕਿਲੋ ਦਹੀਂ ਦੇਈਦਾ ਛਿਲਕਾ ਪਾ ਕੇ ਰੋਜ਼ ਹਾਂਜੀ ਰੋਜ਼ ਉਸ ਤੋਂ ਬਾਅਦ ਇਹਨੂੰ ਫਿਰ ਦੇਈਦੀ ਹੈ ਦੁੱਧ ਚ ਰੋਟੀ ਤੇ ਬਾਅਦ ਵਿੱਚ ਦੁਪਹਿਰ ਦਾ ਇਹਦਾ ਨਾਗਾ ਹੁੰਦਾ ਤੇ ਸ਼ਾਮ ਨੂੰ ਅਸੀਂ ਪਾਉਂਦੇ ਹਾਂ ਇਹਨੂੰ ਸੁੱਕੀ ਜਾਂ ਸਾਲਣ ਦੇ ਵਿੱਚ ਰੱਖ ਦਿੰਦਾ ਜੀ ਗੁੱਡ ਹੋ ਗਿਆ ਗੁੱਡ ਹੋ ਗਿਆ ਅੱਛਾ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਹੁਣ ਗਾਂ ਕਿ ਇਹਦਾ ਬੱਚਾ ਜਿਹੜਾ ਲਾਓਗੇ ਫਿਰ ਕਿਹੜੇ ਕੁੱਤੇ ਤੋਂ ਮਰਾਸ ਕਰਵਾਏ? ਇਹ ਕੁੱਤਾ ਇੱਥੇ ਆਇਆ ਵਾ ਸ਼ੇਖਪੁਰੇ ਝੁੰਬਰਾਂ ਦੇ ਵਿੱਚ, ਉੱਥੋਂ ਕਰਾਇਆ ਜੱਟਾਂ ਦਾ ਕੁੱਤਾ ਵਾ, ਉਹਦੇ ਕੋਲੋਂ ਕਰਾਇਆ। ਕਾਲੀ ਮੈਚ ਸ਼ੈਚ ਵੀ ਲੜਿਆ ਕਿ ਨਹੀਂ? ਮੈਚ ਨਹੀਂ ਲੜਿਆ, ਤੱਪੜੀਆਂ ਬੜੀਆਂ ਕੀਤੀਆਂ। ਅੱਛਾ ਚੰਗਾ ਲੜਦਾ? ਚੰਗਾ। ਇਹ ਵੇਖੋ ਜੀ ਇਹਨੂੰ ਕੀ ਹੋ ਰਿਹਾ, ਜ਼ਰਾ ਮਸਲਾ ਠੀਕ ਹੈ? ਨਹੀਂ ਨਹੀਂ ਕੁਛ ਨਹੀਂ। ਅੱਛਾ ਅੱਛਾ ਠੀਕ ਹੋ ਗਿਆ। ਤੁਸੀਂ ਮੈਨੂੰ ਇਹ ਦੱਸੋ ਕਿ ਹੁਣ ਇਹ ਜਿਹੜੀ ਫੀਮੇਲ ਇਹਦੀ ਟੇਕ ਕੇਅਰ ਅੱਜ ਕੱਲ੍ਹ ਕਿੰਝ ਕਰ ਰਹੇ ਹੋ? ਟੇਕ ਕੇਅਰ ਬਸ ਗਰਮੀ ਚੱਲ ਰਹੀ ਅਤੇ ਅੱਜ ਕੱਲ੍ਹ ਸੁਬਹਾ ਟਾਈਮ ਇਹਨੂੰ ਨਵਾਈ ਦਾ ਅਤੇ ਸ਼ਾਮ ਨੂੰ ਇਸ ਵੇਲੇ ਨਵਾ ਕੇ ਇਹਨੂੰ ਕੱਢੀ ਦਾ ਬਾਅਦ ਸੁਬਹਾ ਟਾਈਮ ਵਾਕ 'ਤੇ ਜਦੋਂ ਕੱਢਨੇ ਉਦੋਂ ਵੀ ਨਵਾ ਕੇ ਕੱਢਦੇ ਹਾਂ। ਠੀਕ ਹੋ ਗਿਆ। ਜਿਹਦੀ ਬਲੱਡ ਲਾਈਨ ਦਾ ਕੋਈ ਹੈ ਅੰਦਾਜ਼ਾ ਆਪਾਂ ਨੂੰ? ਨਹੀਂ ਨਹੀਂ, ਬਲੱਡ ਲਾਈਨ ਨਹੀਂ, ਆਪੂ ਲੈ ਕੇ ਆਏ ਸੀ 33 ਚੱਕ 'ਚੋਂ, ਉਹਨਾਂ ਨੂੰ ਪਤਾ ਮੈਨੂੰ ਬਲੱਡ ਲਾਈਨ ਦਾ। ਅੱਛਾ ਠੀਕ ਹੋ ਗਿਆ। ਅਤੇ ਬਾਕੀ ਹੋਰ ਕੋਈ ਜੇ ਤੁਸੀਂ ਆਪਣੇ ਦੋਸਤਾਂ ਵੇ ਦੋਸਤਾਂ ਨੂੰ ਆਪਣੇ ਅਬੂਲੀ ਸ਼ੌਕ ਦੇ ਬਾਰੇ ਦੱਸਣਾ ਚਾਹੋਗੇ, ਇਹਦੇ ਚੰਗੇ ਹੁੰਦੇ ਨੇ ਘਰ 'ਚ ਰੱਖਣੇ ਚਾਹੀਦੇ ਨੇ ਨਹੀਂ ਰੱਖਣੇ ਚਾਹੀਦੇ, ਲੜਾਈ ਲਈ ਹੁੰਦੇ ਨੇ ਜਾਂ ਘਰ ਦੇ ਵਿੱਚ ਫੈਮਿਲੀ ਦੇ ਵਿੱਚ ਰੱਖਣੇ ਚਾਹੀਦੇ ਨੇ? ਇਹ ਬਹੁਤ ਅੱਛੀ ਬਰੀਡ ਹੈ, ਗਾਰਡ ਡੌਗ ਵੀ ਹੈ, ਫੈਮਿਲੀ ਲਈ ਵੀ ਬਹੁਤ ਅੱਛਾ ਵਾ, ਫਾਈਟਰ ਵੀ ਹੈ, ਬਾਅਦ ਵਿੱਚ ਘੱਟ ਤੁਹਾਡੇ ਘਰ ਦੀ ਰਖਵਾਲੀ ਵੀ ਬਹੁਤ ਅੱਛੀ ਤਰ੍ਹਾਂ ਕਰੇਗਾ। ਬਸ ਇਹੋ ਹੀ ਹੈ ਜੀ, ਬਸ ਮੇਰਾ ਤਾਂ ਸ਼ੌਕ ਹੈ ਵਾ, ਮੈਂ ਤਾਂ ਜਿਹਨੂੰ ਚਾਹਾਂਗਾ ਮੈਂ ਉਹਨੂੰ ਇਹੋ ਹੀ ਕਹਾਂਗਾ ਕਿ ਬੁਲੀ ਰੱਖਣਾ ਤਾਂ ਰੱਖੋ। ਲੋਕਾਂ ਨੇ ਜਿਹੜੀ ਅਫਵਾਹ ਫੈਲਾਈ ਹੈ ਕਿ ਇਹਨਾਂ ਦੀ ਖੁਰਾਕ ਬਹੁਤ ਜ਼ਿਆਦਾ ਹੁੰਦੀ ਹੈ, ਇਹਨਾਂ ਨੂੰ ਲੋਕਾਂ ਦੇ ਚੀਜ਼ਾਂ ਵਿਕ ਜਾਂਦੀਆਂ, ਇਹਨਾਂ ਦੀ ਖੁਰਾਕ ਪੂਰੀ ਕਰਨ ਲੱਗੇ, ਇਹ ਗੱਲ ਸੱਚੀ ਹੈ ਕੋਈ ਸੱਚਾਈ? ਨਹੀਂ ਨਹੀਂ ਨਹੀਂ, ਕੋਈ ਸੱਚਾਈ ਨਹੀਂ ਹੈ ਇਸ ਗੱਲ 'ਚ, ਇਹ ਗੱਲ ਬਿਲਕੁਲ ਝੂਠੀ ਹੈ। ਜਦੋਂ ਸ਼ੌਕ ਹੋਏ ਨਾ ਤਾਂ ਫਿਰ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ, ਠੀਕ ਹੈ? ਬਿਲਕੁਲ। ਅਤੇ ਜਦੋਂ ਤੁਸੀਂ ਇੱਕ ਚੀਜ਼ ਰੱਖ ਲੈਂਦੇ ਜੋ, ਤਾਂ ਉਸ ਤੋਂ ਬਾਅਦ ਤੁਹਾਨੂੰ ਕੋਈ ਡਰ ਨਹੀਂ ਹੋਣਾ ਚਾਹੀਦਾ, ਜਦੋਂ ਖੁਰਾਕ ਖਵਾਓਗੇ ਤੁਹਾਨੂੰ ਪਤਾ ਨਹੀਂ ਲੱਗੇਗਾ, ਜੇ ਤੁਸੀਂ ਸੋਚੋਗੇ ਕਿ ਸਾਡੇ ਪੈਸੇ ਲੱਗ ਰਹੇ ਨੇ ਫਿਰ ਉਹ ਸ਼ੌਕ ਨਹੀਂ ਹੋਏਗਾ ਤੁਹਾਡਾ, ਉਹ ਮਜਬੂਰੀ ਹੋਏਗੀ ਤੁਹਾਡੀ। ਜੀ ਬਾਕੀ ਜੇ ਆਪਾਂ ਇਹਨੂੰ ਰੱਖੀਏ ਤਾਂ ਕੋਈ ਮਸਲਾ ਤਾਂ ਨਹੀਂ ਹੈ, ਕੋਈ ਬੱਚਿਆਂ ਨੂੰ ਪੈਂਦੇ ਤਾਂ ਨਹੀਂ ਕਿ ਕੋਈ? ਕੋਈ ਮਸਲਾ ਨਹੀਂ, ਕੋਈ ਮਸਲਾ ਨਹੀਂ, ਇਹ ਰੱਖੋ ਦਿਲ ਖੋਲ ਕੇ। ਅੱਛਾ, ਅਤੇ ਇਹਦਾ ਬੱਚੇ ਅਵੇਲੇਬਲ ਹੋਣਗੇ ਜੇ ਇਹਨੇ ਦਿੱਤੇ ਤੇ? ਅੱਲਾ ਖਿਆਲ ਕਰੇ ਅਵੇਲੇਬਲ ਹੋਣ। ਚਲੋ ਠੀਕ ਹੈ ਦੋਸਤੋ, ਅੱਜ ਆਪਾਂ ਇੱਕੋ ਜਿਹੀ ਇੰਟਰਵਿਊ ਲਿਆ ਹੈ, ਆਪਣਾ ਪਹਿਲਾ ਇੰਟਰਵਿਊ ਹੈ ਯਸ਼ ਭਾਈ ਦੇ ਨਾਲ, ਅਤੇ ਆਪਣੇ ਘਰ ਦਾ ਡੌਗ ਹੈ, ਅਤੇ ਬਾਕੀ ਹੁਣ ਵਕਤ ਦੇ ਨਾਲ ਨਾਲ ਅਸੀਂ ਤੁਹਾਨੂੰ ਹੋਰ ਵੀ ਡੌਗ ਵਿਖਾਵਾਂਗੇ, ਇਹਦੇ ਤੋਂ ਵੀ ਅੱਛੇ ਅਤੇ ਇਹਦੇ ਨਾਲ ਦੇ ਵੀ ਕੁਛ, ਇਹਦੇ ਤੋਂ ਅੱਛੇ ਹੋਣਗੇ ਕੁਛ, ਇਹਦੇ ਤੋਂ ਮਾੜੇ ਵੀ ਹੋਣਗੇ, ਲੇਕਿਨ ਇਨਸ਼ਾਅੱਲਾ ਮਾੜੇ ਘੱਟ ਹੋਣਗੇ ਅੱਛੇ ਬਹੁਤੇ ਹੋਣਗੇ। ਠੀਕ ਹੈ, ਤੁਹਾਨੂੰ ਇਜਾਜ਼ਤ ਦਿਓ। ਅੱਜ ਆਪਣੇ ਹਮਾਰਾ ਇਹ ਪਹਿਲਾ ਇੰਟਰਵਿਊ ਔਰ ਪਹਿਲਾ ਆਪਣੇ ਹਮਾਰਾ ਡੌਗ ਦੇਖਾ, ਤੋ ਆਪਣੇ ਹਮੇਂ ਸਬਸਕ੍ਰਾਈਬ ਕਰਨਾ ਹੈ, ਅਗਰ ਵੀਡੀਓ ਪਸੰਦ ਆਏ ਤੋ ਲਾਈਕ ਕਰਨਾ ਹੈ, ਸ਼ੇਅਰ ਕਰਨਾ ਹੈ, ਔਰ ਕਮੈਂਟਸ ਲਾਜ਼ਮੀ ਕਰਨਾ ਹੈ ਕਿ ਹਮੇਂ ਕਿਆ ਇੰਪਰੂਵਮੈਂਟਸ ਕੀ ਜ਼ਰੂਰਤ ਹੈ ਔਰ ਅਬ ਕਿਆ ਕਰੇਂਗੇ ਹਮ, ਕਿਆ ਆਪ ਹਮੇਂ ਕਿਆ ਸੁਜੈਸਟ ਕਰਨਾ ਚਾਹਤੇ ਹੈ ਕਿ ਹਮ ਆਗੇ ਆਪਕੇ ਲੀਏ ਕਿਆ ਦਿਖਾਏ। ਥੈਂਕ ਯੂ ਸੋ ਮਚ।